ਸੁੱਖੀ ਰੱਖੋ, ਦੁਖੀ ਰੱਖੋ, ਪੈਂਕੀ ਰੱਖੋ। ਪੁੱਤ ਤੂੰ ਥੱਕਿਆ ਲੱਗਦਾ। ਹਾਂਜੀ ਮੰਮੀ ਬਹੁਤ ਥੱਕਿਆ ਵਾ। ਆਓ ਜੀ ਆਓ ਜੀ ਆਓ ਜੀ। ਹਾਂ ਪੁੱਤ ਬਹਿ ਜਾ, ਤੇਰੇ ਲਈ ਕੰਬਲ ਲੈ ਕੇ ਆਵਾਂ। ਚਲੋ ਫਿਰ ਲਿਆਈ ਦੋ। ਸਾਲਿਆ ਕੁੱਤੇ ਆਂਦਿਆ, ਪਾਪਾ ਤੂੰ ਕਿਹੜੀ ਫੈਕਟਰੀ ਦੀ ਸ਼ਿਫਟ ਲਾ ਕੇ ਆਇਆ? ਤੂੰ ਰਾਤ ਦਿਨ ਸੁੱਤਾ ਰਹਿਣਾ, ਤੂੰ ਸੌ ਕੇ ਥੱਕ ਗਿਆ। ਜਗਜੀਤ ਦਾ ਮੁੰਡਾ 5 ਸਾਲਾਂ ਦਾ ਆ ਤੇ ਆਪਣੇ ਡੈਨਾ ਰੋਜ਼ ਦੀ ਫੈਕਟਰੀ 'ਚ ਸ਼ਿਫਟ ਲਾਉਂਦਾ ਤੇ ਤੂੰ ਸਾਲਾ 30 ਸਾਲਾਂ ਦਾ ਹੋ ਗਿਆ, ਤੈਨੂੰ ਤਾਂ ਕੋਈ ਫ੍ਰੀ 'ਚ ਵੀ ਨਹੀਂ ਰੱਖਦਾ। ਓ ਮਾਈ ਗੋਡ, ਤੈਨੂੰ ਤਾਂ ਕੋਈ ਵਲੰਟੀਅਰ ਵੀ ਨਹੀਂ ਬਣਾਉਂਦਾ। ਵਾਓ ਪੁੱਤ, ਤੇਰੇ ਸਾਰੇ ਯਾਰ ਮਿੱਤਰਾਂ ਨੇ ਵਿਆਹ ਕਰਵਾ ਲਿਆ, ਤੂੰ ਗਰਲਫ੍ਰੈਂਡ ਛੱਡ, ਮੈਨੂੰ ਤਾਂ ਲੱਗਦਾ ਤੂੰ ਤਾਂ ਕਦੀ ਕੁੜੀ ਨਾਲ ਵੀ ਨਹੀਂ ਗੱਲ ਕੀਤੀ। ਰੱਬ ਦਾ ਵਾਸਤਾ ਤੂੰ ਵਿਆਹ ਕਰਾ ਲਾ, ਜੇ ਕੁੜੀ ਨਾਲ ਨਹੀਂ ਕਰਾਉਣਾ ਤੂੰ ਮੁੰਡੇ ਨਾਲ ਕਰਾ ਲਾ, ਜੇ ਮੁੰਡੇ ਨਾਲ ਨਹੀਂ ਕਰਾਉਣਾ ਤੂੰ ਆਪਣੇ ਕੁੱਤੇ ਨਾਲ ਵਿਆਹ ਕਰਾ ਲਾ। ਤੈਨੂੰ ਲੱਗਦਾ ਕੁੱਤੇ ਨੇ ਮੰਨ ਲੈਣਾ ਇਸ ਨਕਮੇ ਨਾਲ ਵਿਆਹ ਕਰਵਾਉਣ ਨੂੰ? ਓਏ ਕਰਾਉਣਾ ਵਿਆਹ? ਦੇਖ ਲੈ, ਤੂੰ ਤਾਂ ਆਪਣੀ ਮਾਂ ਦੇ ਭਰਾ ਦੇ ਰਸਤੇ ਪੈ ਗਿਆ। ਉਹ ਵੀ ਵਿਹਲੜ, ਤੂੰ ਵੀ ਵਿਹਲੜ। ਉਹ ਮੇਰੇ ਪੈਸੇ ਖਾਈ ਜਾਂਦਾ, ਤੂੰ ਵੀ ਮੇਰੇ ਪੈਸੇ ਖਾਈ ਜਾਂਦਾ। ਉਹ ਮੇਰੀ ਸ਼ਰਾਬ ਮੁਕਾ ਦਿੰਦਾ, ਤੂੰ ਵੀ ਮੇਰੀ ਸ਼ਰਾਬ ਮੁਕਾ ਦਿੰਦਾ। ਚੁੱਪ ਕਰੋ ਸਰਦਾਰ ਜੀ। ਜਦੋਂ ਮੈਂ ਤੇਰੀ ਏਜ ਦਾ ਸੀ, ਮੈਂ ਬਹੁਤ ਵੱਡਾ ਬਿਜ਼ਨਸਮੈਨ ਸੀ। ਟਰੰਪ ਤਾਂ ਮੇਰੇ ਨਾਲ ਬਹਿ ਕੇ ਰੋਟੀ ਖਾਂਦਾ ਹੁੰਦਾ ਸੀ। ਲੈ 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 ਲੈ, ਟਰੰਪ ਨੇ ਤਾਂ ਤੇਰੀ ਕਦੀ ਸ਼ਕਲ ਹੀ ਦੇਖੀ ਹੋਣੀ। ਤੈਨੂੰ ਪਤਾ ਕੀ ਟਰੰਪ ਕੌਣ ਆ? ਸਾਰੀ ਅਨਪੜ੍ਹ। ਪੁੱਤ ਤੂੰ ਏਦਾਂ ਕਰ, ਤੂੰ ਤਿਆਰ ਹੋ ਜਾ, ਆਪਣੇ ਪਾਪੇ ਨੂੰ ਡਾਕਟਰ ਦੀ ਅਪੁਆਇੰਟਮੈਂਟ ਤੇ ਲੈ ਜਾ। ਨਹੀਂ 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 ਨਹੀਂ, ਤੂੰ ਭਾਵੇਂ ਵਿਹਲਾ ਰਹਿ ਪਰ ਇਹਦੇ ਪਰਿਵਾਰ ਦੀ ਕੋਈ ਨਹੀਂ ਮਦਦ ਕਰਨੀ। ਇਹ ਨਹੀਂ ਤੈਨੂੰ ਵਿਗਾੜਿਆ ਸਰਦਾਰ ਜੀ।